ਅਯੋਧਿਆ ਤੋਂ ਜਿੱਥੇ ਭਗਵਾਨ ਰਾਮ ਜੀ ਦਾ ਜਨਮ ਹੋਇਆ ਉਹਨੂੰ ਅਸੀਂ ਰਾਮ ਜਨਮ ਭੂਮੀ ਕਹਿੰਦੇ ਆ, ਉਸ ਜਨਮ ਭੂਮੀ ਤੋਂ ਇਹ ਅਕਸ਼ਤ ਚਾਵਲ ਦਾ ਕਲਸ਼ ਇਹ ਤੁਹਾਡੇ ਨਗਰ ਨਿਵਾਸ ਭਿੱਖੀਵਿੰਡ ਦੇ ਵਿੱਚ ਆਇਆ। ਮਾਤਾ ਜੀ ਦਾ ਸ਼ੁਰੂ ਤੋਂ ਹੀ ਸ਼੍ਰੀ ਰਾਮ ਜਨਮ ਭੂਮੀ ਵਾਸਤੇ ਲਗਾਤਾਰ ਇਹਨਾਂ ਦਾ ਪਿਆਰ, ਤੇ ਮਾਤਾ ਜੀ ਵੀ ਬੈਠੇ ਆ, ਇਹਨਾਂ ਨੂੰ ਵੀ ਪਰਸੋਂ ਚੰਦਰ ਜੀ ਨੇ ਮੇਰੇ ਛੋਟੇ ਭਰਾ ਨੇ ਬੇਨਤੀ ਕੀਤੀ ਸੀ, ਮਾਤਾ ਜੀ ਨੇ ਵੀ ਬੇਨਤੀ ਕੀਤੀ ਆ। ਮੈਂ ਹਰ ਵਾਰ ਪਿਛਲੇ 8-10 ਸਾਲ ਤੋਂ ਲਗਾਤਾਰ ਆ ਪ੍ਰਧਾਨ ਜੀ ਹੈਗੇ ਆ, ਇੱਥੋਂ ਚਿੱਠੀ ਲੈ ਕੇ ਜਾਂਦਾ ਰਿਹਾ। ਕਿਸ ਗੱਲ ਦੀ ਚਿੱਠੀ ਲੈ ਕੇ ਜਾਂਦਾ ਰਿਹਾ ਕਿ ਰਾਮ ਜੀ ਦੇ ਜਨਮ ਸਥਾਨ ਦੇ ਉੱਤੇ ਬੰਮੇ ਔਰ ਦਿਵਿਆ ਮੰਦਿਰ ਬਣ ਜਾਏ, ਉਹ ਜਗ੍ਹਾ ਸਾਨੂੰ ਮਿਲ ਜਾਏ। ਐਸੇ ਸੰਤ ਮਹਾਂਪੁਰਸ਼ਾਂ ਨੇ ਹਰ ਵਾਰੀ ਮੈਨੂੰ ਆਸ਼ੀਰਵਾਦ ਦਿੱਤਾ, ਅਪ੍ਰੀਤ ਜੀ ਨਾਲ ਹੁੰਦੇ ਸੀਗੇ, ਅਸੀਂ ਚਿੱਠੀ ਲੈ ਕੇ ਅਸੀਂ ਦਿੱਲੀ ਤੀਕਰ ਲੈ ਕੇ ਜਾਂਦੇ ਰਹੇ। ਇਹਨਾਂ ਸੰਤਾਂ ਦੇ ਆਸ਼ੀਰਵਾਦ ਦੇ ਨਾਲ ਹੀ ਪੂਰੇ ਦੇਸ਼ ਭਰ ਦੇ ਰਾਮ ਭਗਤਾਂ ਦੇ ਨਾਲ ਹੀ ਇਹ ਅੱਜ ਬੜਾ ਖੁਸ਼ੀ ਦਾ ਦਿਨ ਆ ਕਿ 22 ਜਨਵਰੀ ਨੂੰ ਭਗਵਾਨ ਰਾਮ ਲੱਲਾ ਜੀ ਜੋ ਬਾਲ ਸਰੂਪ ਚ ਜਿਸ ਤਰ੍ਹਾਂ 5 ਸਾਲ ਦਾ ਬੱਚਾ ਉਹਦੀ ਜਿਹੜੀ ਮੂਰਤੀ ਆ ਉਹਦੀ ਪ੍ਰਾਣ ਪ੍ਰਤਿਸ਼ਠਾ ਹੋਏਗੀ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਅਸੀਂ ਕੀ ਕਰਨਾ ਵਾ, ਅਸੀਂ ਕੀ ਕਰਨਾ ਵਾ, 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ 2024 ਨੂੰ ਘਰ ਘਰ ਦੇ ਵਿੱਚ ਜਾ ਕੇ ਇਹ ਜੋ ਅਕਸ਼ਤ ਆਏ ਆ, ਪੂਜਿਤ ਅਕਸ਼ਤ ਆ ਜੋ ਅਯੋਧਿਆ ਤੋਂ ਆਏ ਆ, ਅਸੀਂ ਪ੍ਰਸ਼ਾਦ ਰੂਪ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਦੇਣਾ ਵਾ। ਦੂਸਰਾ ਉੱਥੋਂ ਇੱਕ ਭਗਵਾਨ ਰਾਮ ਜੀ ਦਾ ਚਿੱਤਰ ਔਰ ਰਾਮ ਜਨਮ ਭੂਮੀ ਭਵਿਆ ਦਿਵਿਆ ਮੰਦਿਰ ਜੋ ਬਣ ਗਿਆ ਵਾ ਉਹਦਾ ਚਿੱਤਰ ਇੱਕ ਇੱਕ ਉਹਨਾਂ ਘਰਾਂ 'ਚ ਦੇਣਾ। ਤੀਸਰਾ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਇਨਵੀਟੇਸ਼ਨ ਦੇਣਾ। ਉਹ ਇਨਵੀਟੇਸ਼ਨ ਕੀ ਆ, ਜਿਸ ਤਰ੍ਹਾਂ ਵਿਆਹ ਸ਼ਾਦੀਆਂ 'ਚ ਤੁਹਾਡੇ ਘਰਾਂ 'ਚ ਕਾਰਡ ਹੁੰਦਾ ਵਾ,
ਇਸ ਤਰ੍ਹਾਂ ਹੀ ਭਗਵਾਨ ਰਾਮ ਜੀ ਵੱਲੋਂ ਨਿਮੰਤਰਣ ਪੱਤਰ ਆ ਉਹ ਤੁਹਾਨੂੰ ਸਾਰਿਆਂ ਨੂੰ ਅਸੀਂ ਦੇਣਾ ਵਾ ਕਿ 22 ਜਨਵਰੀ ਤੋਂ ਬਾਅਦ ਆ ਭਾਰਤੀ ਜਨਤਾ ਅੱਜ ਦਾ ਦਿਨ ਬਹੁਤ ਹੀ ਕਰਮਾਂ ਵਾਲਾ ਖੁਸ਼ੀਆਂ ਵਾਲਾ ਦਿਹਾੜਾ ਹੈ ਜੋ ਟਿੱਕੀ ਨਗਰੀ ਦੇ ਅੰਦਰ ਭਗਵਾਨ ਰਾਮ ਚੰਦਰ ਜੀ ਮਹਾਰਾਜ ਜੀ ਦੀ ਲੀਲਾ ਦਾ ਗੁੰਜਨ ਹੋ ਰਿਹਾ ਹੈ। ਇਹ ਸਭ ਉਸਦੀ ਕਿਰਪਾ ਹੈ, ਉਸਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਉਸਦੀ ਕਿਰਪਾ ਦੇ ਨਾਲ ਹੀ ਸੰਤ ਮਿਲਾਵਾ ਹੋ ਸਕਦਾ ਹੈ। ਅੱਜ ਉਸਦੀ ਕਿਰਪਾ ਹੋਈ ਤੋਂ ਕਰਿਆਲੇ ਵਾਲੇ ਮਾਤਾ ਜੀ ਵੀ ਮਿਲੇ, ਬਹੁਤ ਖੁਸ਼ੀ ਹੋਈ ਹੈ। ਮਾਂ ਮੰਗਲ ਜੀ ਇਸੇ ਤਰ੍ਹਾਂ ਹੀ ਸੰਤ ਮਿਲਾਪ ਸਦਾ ਕਰਦੇ ਰਹਿਣ ਤਾਂ ਸਭ ਨੂੰ ਨਾਮਦਾਨ ਦੀ ਬਖਸ਼ਿਸ਼ ਹੁੰਦੀ ਰਹੇ ਔਰ ਹਰ ਇੱਕ ਜੀਵ ਸਿੱਧੇ ਰਸਤੇ ਚੱਲ ਕੇ ਅੱਛੇ ਕਰਮ ਕਰ ਸਕੇ, ਉਸਦੇ ਨਾਮ ਵਾਲੇ ਰਸਤੇ ਤੇ ਚੱਲ ਸਕੇ। ਕਿਉਂਕਿ ਇਹ ਜਦ ਸੰਸਾਰ ਬਣਿਆ ਤਾਂ ਸ਼ਕਤੀ ਮਹਾਰਾਣੀ ਬੋਲੇ ਕਿਤਾ ਬ੍ਰਹਮਾ ਵਿਸ਼ਨੂੰ ਮਹਾਰਾਜ ਜੀ ਨੇ ਇਹ ਸੰਸਾਰਿਕ ਜੀਵਾਂ ਨੂੰ ਉਸਦੇ ਮਾਰਗ ਤੇ ਚਲਾਉਣ ਵਾਸਤੇ ਸੰਤ ਮਹਾਤਮਾ ਰਿਸ਼ੀ ਮੁਨੀ ਜਨ ਗੁਰੂ ਜਨ ਸੰਸਾਰ ਦੇ ਕਹਿ ਦਿੱਤੇ ਗਏ ਕਿ ਹਰ ਇੱਕ ਜੀਵ ਜਿੱਥੇ ਵੀ ਉਸਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਸ ਜਗ੍ਹਾ ਤੇ ਜਾ ਕੇ ਗੁਰੂ ਅਪਣਾ ਕੇ ਨਾਮ ਧਨ ਦੀ ਦੀਕਸ਼ਾ ਲੈ ਕੇ ਜੀਵਨ ਸਫਲ ਬਣਾ ਸਕੇ ਔਰ ਉਸਦੇ ਮਾਰਗ ਤੇ ਚੱਲ ਸਕੇ। ਸਤਿਗੁਰੂ ਮੇਰੇ ਕਲਮ ਹੱਥ ਦੇ ਤੇ ਸੋਹਣੇ ਸੋਹਣੇ